ਦੋਸਤੋ ਅੱਜ ਆਪਾਂ AK-47 ਤੇ AK-56 ਦੇ ਕੁਝ ਡਿਫਰੈਂਸਸ ਬਾਰੇ ਗੱਲ ਕਰਾਂਗੇ। AK-47 ਤੇ AK-56 ਚ ਫਰਕ ਇਹ ਹੈ ਕਿ 1956 ਦੇ ਵਿੱਚ ਚਾਈਨੀਜ਼ ਨੇ AK-47 ਦੀ ਕਾਪੀ ਕਰਤੀ ਸੀਗੀ ਤਾਂ ਉਹਦਾ ਨਾਮ AK-56 ਆ ਤੇ ਉਹਨਾਂ ਨੇ ਕੁਝ ਡਿਫਰੈਂਸਸ ਕਰਤੇ ਸੀ। ਉਹ ਡਿਫਰੈਂਸਸ ਮੈਂ ਪੁਆਇੰਟ ਆਊਟ ਕਰੂੰਗਾ। ਪਹਿਲਾ ਸਾਰਿਆਂ ਨਾਲੋਂ ਬੜਾ ਡਿਫਰੈਂਸ ਆ ਮਜ਼ਲ ਡਿਵਾਈਸ। ਜਿਹੜੀ AK-56 ਉਹਦਾ ਮਜ਼ਲ ਡਿਵਾਈਸ ਐਵੇਂ ਗੋਲ ਹੋਏਗਾ ਅਤੇ ਦੂਜਾ ਡਿਫਰੈਂਸ ਆ ਜਿਹੜੀ ਆ ਹੁੱਡ ਸਾਈਟ ਆ ਇਹ ਉੱਪਰੋਂ ਓਪਨ ਆ। ਦੇਖੋ ਮੇਰੀ ਉਂਗਲੀ ਪੈ ਜਾਂਦੀ ਆ ਅਤੇ ਜਿਹੜੀ ਚਾਈਨੀਜ਼ ਆ ਉੱਪਰੋਂ ਬੰਦ ਹੋਏਗੀ। ਅਤੇ ਜਿਹੜਾ ਤੀਜਾ ਡਿਫਰੈਂਸ ਆ ਜਿਵੇਂ ਆ ਗੈਸ ਬਲੋਕ ਆ ਉਹ ਗੈਸ ਬਲੋਕ ਤੇਰੇ ਗਲੀਆਂ ਹੋਣਗੀਆਂ। ਹੁਣ ਤੁਸੀਂ ਦੇਖ ਸਕਦੇ ਮੇਰੇ ਕੋਲ ਕਿੰਨੀਆਂ 47 ਪਈਆਂ, ਕਿਸੇ 'ਚੋਂ ਗਲੀਆਂ ਨਹੀਂ ਆ ਕਿਉਂਕਿ ਇਹਨਾਂ 'ਚੋਂ AK-56 ਕੋਈ ਨਹੀਂ ਆ। ਅਤੇ ਚੌਥਾ ਡਿਫਰੈਂਸ AK-56 'ਚ ਇਹ ਆ ਕਿ ਜਿਹੜਾ ਵੁੱਡ ਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਉੱਪਰ ਨੂੰ ਉੱਠਿਆ ਹੋਇਆ ਉਹਦਾ ਪਲੇਨ ਹੋਏਗਾ ਬਿਲਕੁਲ। ਅਤੇ ਜਿਹੜਾ ਪੰਜਵਾਂ ਡਿਫਰੈਂਸ AK-56 ਅਤੇ AK-47